ਇਹ ਹਨ ਜੀ ਐਮਾਜ਼ਾਨ ਦੇ ਜੰਗਲ ਦੇ ਸਭ ਤੋਂ ਖਤਰਨਾਕ ਜੀਵ। ਐਮਾਜ਼ਾਨ ਦਾ ਜੰਗਲ ਦੁਨੀਆ ਦੇ ਸਭ ਤੋਂ ਵੱਡੇ ਜੰਗਲਾਂ ਦੇ ਵਿੱਚੋਂ ਇੱਕ ਹੈ। ਲੋਕ ਇੱਥੇ ਐਡਵੈਂਚਰ ਕਰਨ ਜਾਂ ਕੁਦਰਤ ਨੂੰ ਐਕਸਪਲੋਰ ਕਰਨ ਲਈ ਆਉਂਦੇ ਜਾਂਦੇ ਰਹਿੰਦੇ ਹਨ। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਵੇਗਾ, ਪਰ ਕੀ ਤੁਹਾਨੂੰ ਇੱਥੋਂ ਦੇ ਖਤਰਿਆਂ ਬਾਰੇ ਪਤਾ ਹੈ? ਜੇਕਰ ਨਹੀਂ ਤਾਂ ਇਸ ਵੀਡੀਓ ਨੂੰ ਪੂਰੀ ਧਿਆਨ ਦੇ ਨਾਲ ਦੇਖਣਾ, ਤੁਸੀਂ ਜਾਣ ਜਾਵੋਗੇ ਕਿ ਐਮਾਜ਼ਾਨ ਦੇ ਜੰਗਲਾਂ ਦੇ ਵਿੱਚ ਕਿੱਦਾਂ ਕਿੱਦਾਂ ਦੇ ਖਤਰਨਾਕ ਜੀਵ ਰਹਿੰਦੇ ਹਨ। ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਐਮਾਜ਼ਾਨ ਦੇ ਜੰਗਲਾਂ ਦੇ ਟੌਪ 10 ਕ੍ਰੀਚਰ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਸੋ ਜੁੜੇ ਰਹੋ ਮੇਰੇ ਨਾਲ, ਮੈਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਨੰਬਰ 10 ਦੇ ਉੱਪਰ ਹੈ ਜੀ ਇਲੈਕਟ੍ਰਿਕ ਈਲ। ਅਸੀਂ ਸ਼ੁਰੂਆਤ ਕਰਦੇ ਹਾਂ ਐਮਾਜ਼ਾਨ ਦੇ ਪਾਣੀਆਂ ਦੇ ਵਿੱਚ ਰਹਿਣ ਵਾਲੀ ਇਲੈਕਟ੍ਰਿਕ ਈਲ ਤੋਂ, ਜਾਣੀ ਕਿ ਕਰੰਟ ਮਾਰਨ ਵਾਲੀ ਮੱਛੀ ਤੋਂ। ਇਹ ਇਲੈਕਟ੍ਰਿਕ ਈਲ ਇੰਨੀ ਜ਼ਿਆਦਾ ਤਾਂ ਖਤਰਨਾਕ ਨਹੀਂ ਹੁੰਦੀ ਕਿ ਕਿਸੇ ਇਨਸਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਮਾਰ ਸਕੇ, ਪਰ ਇਸ ਦਾ 600 ਵੋਲਟ ਦਾ ਕਰੰਟ ਕਿਸੇ ਵੀ ਇਨਸਾਨ ਨੂੰ ਹਾਰਟ ਅਟੈਕ ਦੇਣ ਦੇ ਲਈ ਕਾਫੀ ਹੈ। ਇਲੈਕਟ੍ਰਿਕ ਈਲ ਐਮਾਜ਼ਾਨ ਦੇ ਜੰਗਲਾਂ ਦੇ ਡੂੰਘੇ ਪਾਣੀਆਂ ਦੇ ਵਿੱਚ ਰਹਿੰਦੀਆਂ ਨੇ ਤੇ ਇਹ ਆਪਣੇ ਸ਼ੌਂਕ ਦੇ ਨਾਲ ਸ਼ਿਕਾਰ ਕਰਦੀਆਂ ਨੇ। ਇਸ ਸ਼ੌਂਕ ਦੇ ਕਾਰਨ ਹੀ ਇਹਨਾਂ ਨੂੰ ਫੜਨਾ ਕਾਫੀ ਜ਼ਿਆਦਾ ਮੁਸ਼ਕਿਲ ਹੈ। ਇਹੀ ਕਾਰਨ ਕਰਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੱਛੀਆਂ ਦੀ ਕਲੈਕਸ਼ਨ ਦੇ ਵਿੱਚ ਇਹ ਮੱਛੀ ਕਦੇ ਵੀ ਨਹੀਂ ਮਿਲੇਗੀ। ਇਨਸਾਨਾਂ ਦੇ ਲਈ ਇਹ ਮੱਛੀ ਨੂੰ ਫੜਨਾ ਕਾਫੀ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇਸ ਨੂੰ ਫੜਨ ਦੇ ਲਈ ਇਸ ਦੇ ਡਿਸਚਾਰਜ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਹਨਾਂ ਮੱਛੀਆਂ ਦਾ ਫਰਟੀਲਿਟੀ ਸਿਸਟਮ ਕਾਫੀ ਜ਼ਿਆਦਾ ਜ਼ਬਰਦਸਤ ਹੁੰਦਾ ਹੈ। ਇੱਕ ਇਲੈਕਟ੍ਰਿਕ ਈਲ ਇੱਕ ਵਾਰ ਦੇ ਵਿੱਚ ਤਕਰੀਬਨ 3000 ਮੱਛੀਆਂ ਨੂੰ ਜਨਮ ਦਿੰਦੀ ਹੈ। ਇਹ ਛੋਟੇ ਇਲੈਕਟ੍ਰਿਕ ਈਲ ਵੀ ਡੂੰਘੇ ਪਾਣੀ ਦੇ ਵਿੱਚ ਰਹਿੰਦੇ ਨੇ, ਇਸ ਲਈ ਜਿਸ ਪਾਣੀ ਦੇ ਵਿੱਚ ਇਹ ਹੋਣਗੇ ਉਸ ਪਾਣੀ ਦੇ ਵਿੱਚ ਪੈਰ ਰੱਖਣ ਵਾਲੇ ਇਨਸਾਨ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜ਼ਾ ਤੁਸੀਂ ਭਲੀ ਪਾਤੀ ਲਗਾ ਸਕਦੇ ਹੋ। ਨੰਬਰ 9 ਦੇ ਉੱਤੇ ਹੈ ਜੀ ਐਰੋਪਾਈਮਾ। ਐਰੋਪਾਈਮਾ ਮੱਛੀ ਤਕਰੀਬਨ 2 ਮੀਟਰ ਲੰਬੀ ਹੁੰਦੀ ਹੈ ਤੇ ਇਸ ਦਾ ਵਜ਼ਨ ਤਕਰੀਬਨ 100 ਕਿਲੋਗ੍ਰਾਮ ਦੇ ਬਰਾਬਰ ਹੁੰਦਾ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀਆਂ ਮੱਛੀਆਂ ਦੇ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਮੱਛੀ ਵੀ ਇਨਸਾਨ ਨੂੰ ਸਿੱਧੇ ਤੌਰ ਤੇ ਤਾਂ ਨੁਕਸਾਨ ਨਹੀਂ ਪਹੁੰਚਾਉਂਦੀ, ਪਰ ਐਮਾਜ਼ਾਨ ਦੇ ਜੰਗਲਾਂ ਦੇ ਵਿੱਚ ਰਹਿਣ ਵਾਲੇ ਜੀਵ ਇਸ ਤੋਂ ਬਹੁਤ ਜ਼ਿਆਦਾ ਡਰਦੇ ਨੇ। ਇਹ ਮੱਛੀਆਂ ਪਾਣੀ ਦੇ ਵਿੱਚ ਤੈਰ ਵੀ ਸਕਦੀਆਂ ਨੇ ਤੇ ਹਵਾ ਦੇ ਵਿੱਚ ਵੀ ਸਾਹ ਲੈ ਸਕਦੀਆਂ ਨੇ। ਐਰੋਪਾਈਮਾ ਮੱਛੀ ਪਾਣੀ ਦੇ ਵਿੱਚ ਰਹਿਣ ਵਾਲੇ ਦੂਜੇ ਜੀਵਾਂ ਨੂੰ ਖਾਂਦੀਆਂ ਨੇ, ਪਰ ਕਈ ਵਾਰ ਕਿਨਾਰੇ ਦੇ ਉੱਪਰ ਆ ਕੇ ਵੀ ਸ਼ਿਕਾਰ ਕਰ ਲੈਂਦੀਆਂ ਨੇ। ਐਰੋਪਾਈਮਾ ਮੱਛੀ ਇਨਸਾਨਾਂ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਇਸ ਦੀਆਂ ਹੱਡੀਆਂ ਦੇ ਨਾਲ ਸੁਣਨ ਵਾਲੀਆਂ ਮਸ਼ੀਨਾਂ ਬਣਾਈਆਂ ਜਾਂਦੀਆਂ ਨੇ। ਪਰ ਅੱਜ ਦੇ ਟਾਈਮ ਬ੍ਰਾਜ਼ੀਲ ਦੀ ਸਰਕਾਰ ਨੇ ਇਸ ਦੇ ਕਮਰਸ਼ੀਅਲ ਸ਼ਿਕਾਰ ਦੇ ਉੱਪਰ ਰੋਕ ਲਗਾ ਦਿੱਤੀ ਹੈ। ਐਮਾਜ਼ਾਨ ਦੇ ਜੰਗਲਾਂ ਦੇ ਸਭ ਤੋਂ ਖਤਰਨਾਕ ਜਾਨਵਰ ਦੀ ਲਿਸਟ ਦੇ ਵਿੱਚ ਨੰਬਰ 8 ਤੇ ਆਉਂਦਾ ਹੈ ਮੌਸਕੀਟੋ, ਜਾਨੀ ਕਿ ਮੱਛਰ। ਹੁਣ ਤੁਸੀਂ ਸੋਚ ਰਹੇ ਹੋਵੋਗੇ ਤਿੱਖੇ ਦੰਦ, ਤੇਜ਼ ਰਫ਼ਤਾਰ ਅਤੇ ਜ਼ਹਿਰੀਲੇ ਜਾਨਵਰਾਂ ਦੀ ਲਿਸਟ ਦੇ ਵਿੱਚ ਇਹ ਜੀਵ ਕੀ ਕਰ ਰਹੇ ਨੇ। ਇੱਕ ਸਰਵੇ ਦੇ ਅਨੁਸਾਰ ਐਮਾਜ਼ਾਨ ਦੇ ਜੰਗਲਾਂ ਦੇ ਸਭ ਤੋਂ ਖਤਰਨਾਕ ਜਾਨਵਰਾਂ ਦੀ ਲਿਸਟ ਦੇ ਵਿੱਚ ਮੱਛਰ ਵੀ ਸ਼ਾਮਲ ਨੇ, ਕਿਉਂਕਿ ਇੱਥੇ ਹੋਣ ਵਾਲੀਆਂ ਮੌਤਾਂ ਦੇ ਵਿੱਚ ਵੱਡਾ ਕਾਰਨ ਡੇਂਗੂ, ਮਲੇਰੀਆ ਤੇ ਮੱਛਰਾਂ ਤੋਂ ਹੋਣ ਵਾਲੀਆਂ ਹੋਰ ਬਿਮਾਰੀਆਂ ਨੇ। ਇਹ ਐਮਾਜ਼ਾਨ ਦੇ ਜੰਗਲਾਂ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਕਈ ਅਜਿਹੀਆਂ ਬਿਮਾਰੀਆਂ ਦੇ ਦਿੰਦੇ ਨੇ ਜਿਨ੍ਹਾਂ ਦਾ ਪਤਾ ਲਗਾਉਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ। ਇੱਥੇ ਤੁਹਾਨੂੰ ਹੋਰ ਇੱਕ ਦਿਲਚਸਪ ਗੱਲ ਦੱਸਦੇ ਹਾਂ ਕਿ ਮੱਛਰ ਦਿਨ ਪ੍ਰਤੀ ਦਿਨ ਐਡਵਾਂਸ ਹੁੰਦੇ ਜਾ ਰਹੇ ਨੇ। ਐਮਾਜ਼ਾਨ ਦੇ ਜੰਗਲਾਂ ਦੇ ਵਿੱਚ ਆਉਣ ਵਾਲੇ ਸੈਲਾਨੀ ਮੱਛਰਾਂ ਨੂੰ ਮਾਰਨ ਦੇ ਲਈ ਇੱਕ ਤਕਨੀਕ ਦੀ ਵਰਤੋਂ ਕਰਦੇ ਸਨ, ਜਿਸ ਨੂੰ ਕਿ ਡੀਟੂ ਕਿਹਾ ਜਾਂਦਾ ਹੈ। ਪਰ ਹੁਣ ਐਮਾਜ਼ਾਨ ਦੇ ਮੱਛਰ ਇਸ ਤਕਨੀਕ ਦੇ ਨਾਲ ਵੀ ਨਹੀਂ ਮਰਦੇ। ਜੇਕਰ ਤੁਸੀਂ ਐਮਾਜ਼ਾਨ ਦੇ ਜੰਗਲ ਦੇ ਵਿੱਚ ਜਾ ਰਹੇ ਹੋ ਤਾਂ ਆਪਣੇ ਨਾਲ ਹੋਰ ਕੁਝ ਨਾ ਸਹੀ ਤਾਂ ਇੱਕ ਮੱਛਰਦਾਨੀ ਜ਼ਰੂਰ ਨਾਲ ਲੈ ਕੇ ਜਾਇਓ। ਨੰਬਰ 7 ਦੇ ਉੱਪਰ ਹੈ ਜੀ ਸਾਊਥ ਅਮਰੀਕਨ ਰੈਟਲ ਸਨੇਕ। ਵੈਸੇ ਤਾਂ ਐਮਾਜ਼ਾਨ ਦੇ ਜੰਗਲਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਸੱਪ ਪਾਏ ਜਾਂਦੇ ਹਨ, ਪਰ ਰੈਟਲ ਸਨੇਕ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਖਤਰਨਾਕ ਹੈ ਤੇ ਇਸ ਜੰਗਲ ਦੇ ਵਿੱਚ ਇਨਸਾਨਾਂ ਦੇ ਲਈ ਸਭ ਤੋਂ ਵੱਡਾ ਖਤਰਾ ਵੀ ਇਹੀ ਹੈ। ਰੈਟਲ ਸਨੇਕ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਸੱਪਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਜਿਸ ਨੂੰ ਰੈਟਲ ਸਨੇਕ ਇੱਕ ਵਾਰ ਡੰਗ ਮਾਰ ਦਵੇ ਉਸ ਇਨਸਾਨ ਦਾ ਬਚਣਾ ਲਗਭਗ ਨਾਮੁਮਕਿਨ ਹੁੰਦਾ ਹੈ। ਲੈਟਿਨ ਅਮਰੀਕਾ ਦੇ ਜੰਗਲਾਂ ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਜਾਨੀ ਕਿ 9% ਲੋਕ ਜੋ ਮਰੇ ਨੇ ਉਹ ਰੈਟਲ ਸਨੇਕ ਦੀ ਵਜ੍ਹਾ ਕਾਰਨ ਹੀ ਮਰੇ ਨੇ, ਜਿਸ ਤੋਂ ਤੁਸੀਂ ਇਸ ਦੇ ਖਤਰਨਾਕ ਹੋਣ ਦਾ ਅੰਦਾਜ਼ਾ ਲਗਾ ਸਕਦੇ ਹੋ। ਐਮਾਜ਼ਾਨ ਦੇ ਜੰਗਲਾਂ ਦੇ ਵਿੱਚ ਇਸ ਦਾ ਵੀ ਕਹਿਰ ਬਹੁਤ ਖਤਰਨਾਕ ਹੈ। ਨੰਬਰ 6 ਦੇ ਉੱਪਰ ਹੈ ਜੀ ਬ੍ਰਾਜ਼ੀਲੀਅਨ ਬੰਡਰਿੰਗ ਸਪਾਈਡਰ। ਬ੍ਰਾਜ਼ੀਲ ਬੰਡਰਿੰਗ ਮੱਕੜੀ ਨੂੰ ਦੁਨੀਆ ਦੀ ਸਭ ਤੋਂ ਜ਼ਹਿਰੀਲੀ ਮੱਕੜੀ ਮੰਨਿਆ ਜਾਂਦਾ ਹੈ। ਹਾਂਜੀ, ਤੁਸੀਂ ਠੀਕ ਸੁਣਿਆ, ਇਹ ਉਹ ਮੱਕੜੀ ਨਹੀਂ ਜਿਸ ਨੂੰ ਤੁਸੀਂ ਆਸਾਨੀ ਦੇ ਨਾਲ ਮਸਲ ਦਿੰਦੇ ਹੋ। ਇਹ ਮੱਕੜੀ ਵੱਡੇ ਤੋਂ ਵੱਡੇ ਜਾਨਵਰ ਨੂੰ ਆਸਾਨੀ ਦੇ ਨਾਲ ਆਪਣੇ ਜ਼ਹਿਰ ਦੇ ਨਾਲ ਪਰੇਸ਼ਾਨ ਕਰ ਸਕਦੀ ਹੈ, ਪਰ ਇਹ ਆਪਣੇ ਹਰ ਇੱਕ ਡੰਗ ਦੇ ਨਾਲ ਜ਼ਹਿਰ ਨਹੀਂ ਛੱਡਦੀ, ਇਹ ਆਪਣੇ ਤੀਜੇ ਡੰਗ ਦੇ ਨਾਲ ਜ਼ਹਿਰ ਛੱਡਦੀ ਹੈ। ਇਹ ਅਜਿਹਾ ਕਿਉਂ ਕਰਦੀ ਹੈ, ਇਸ ਦਾ ਪਿੱਛੇ ਦਾ ਕਾਰਨ ਹਜੇ ਤੱਕ ਸਾਫ਼ ਨਹੀਂ ਹੋ ਸਕਿਆ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਮੱਕੜੀ ਆਪਣੇ ਪਹਿਲੇ ਡੰਗ ਦੇ ਵਿੱਚ ਜ਼ਹਿਰ ਛੱਡਣ ਦੀ ਜਗ੍ਹਾ ਬਣਾਉਂਦੀ ਹੈ। ਇਸ ਦੇ ਪਿੱਛੇ ਦੀ ਅਸਲ ਤਕਨੀਕ ਕੀ ਹੈ ਇਸ ਦਾ ਪਤਾ ਲਗਾਉਣਾ ਕਾਫੀ ਜ਼ਿਆਦਾ ਮੁਸ਼ਕਲ ਹੈ, ਪਰ ਇਹ ਪਤਾ ਜ਼ਰੂਰ ਲੱਗ ਗਿਆ ਹੈ ਕਿ ਇਹ ਐਮਾਜ਼ਾਨ ਦੇ ਜੰਗਲਾਂ ਦੀ 6ਵੀਂ ਸਭ ਤੋਂ ਖਤਰਨਾਕ ਜੀਵ ਜ਼ਰੂਰ ਹੈ। ਨੰਬਰ 5 ਦੇ ਉੱਪਰ ਹੈ ਜੀ ਪੋਇਜ਼ਨ ਡਾਰਟ ਫ੍ਰੌਗ। ਕੀ ਤੁਸੀਂ ਸੋਚਿਆ ਹੈ ਕਿ ਮੀਂਹ ਦੇ ਵਿੱਚ ਟਰਟਰ ਕਰਨ ਵਾਲਾ ਡੱਡੂ ਵੀ ਕਿਸੇ ਦੀ ਜਾਨ ਲੈ ਸਕਦਾ ਹੈ? ਜੇਕਰ ਨਹੀਂ ਸੋਚਿਆ ਤਾਂ ਤੁਹਾਨੂੰ ਮਿਲਾਉਂਦੇ ਹਾਂ ਐਮਾਜ਼ਾਨ ਦੇ ਜੰਗਲ ਦੇ 5ਵੇਂ ਸਭ ਤੋਂ ਖਤਰਨਾਕ ਜੀਵ ਬਾਰੇ। ਇਹ ਹੈ ਜੀ ਪੋਇਜ਼ਨ ਡਾਰਟ ਫ੍ਰੌਗ। ਇਹ ਨੀਲੇ ਰੰਗ ਦੇ ਚਮਕੀਲੇ ਡੱਡੂ ਹੁੰਦੇ ਨੇ, ਦੇਖਣ ਦੇ ਵਿੱਚ ਕਾਫੀ ਜ਼ਿਆਦਾ ਸੋਹਣੇ ਹੁੰਦੇ ਨੇ ਤੇ ਇਹਨਾਂ ਦਾ ਇਹ ਰੰਗ ਇਹਨਾਂ ਨੂੰ ਰੁੱਖਾਂ ਤੇ ਪੌਦਿਆਂ ਦੇ ਵਿੱਚ ਲੁਕਣ ਦੇ ਵਿੱਚ ਮਦਦ ਕਰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਨਾਮ
ਅਜਿਹਾ ਕਰਨ ਦੀ ਸਮਰੱਥਾ ਇਹਨਾਂ ਦੀ ਕੁਝ ਕੁ ਨਸਲਾਂ ਵਿੱਚ ਹੀ ਹੁੰਦੀ ਹੈ ਤੇ ਉਹਨਾਂ ਨੂੰ ਵੀ ਪਹਿਚਾਨਣਾ ਕਾਫੀ ਮੁਸ਼ਕਲ ਹੈ। ਇਹ ਡੱਡੂ ਲਗਭਗ 2 ਇੰਚ ਲੰਬੇ ਹੁੰਦੇ ਨੇ ਪਰ ਇਹਨਾਂ ਦੇ ਵਿੱਚ ਇੰਨਾ ਜ਼ਿਆਦਾ ਜ਼ਹਿਰ ਹੁੰਦਾ ਹੈ ਕਿ ਇਹ ਆਪਣੇ ਇੱਕ ਵਾਰ ਦੇ ਡੰਗ ਦੇ ਨਾਲ 10 ਇਨਸਾਨਾਂ ਨੂੰ ਮਾਰ ਸਕਦੇ ਨੇ। ਇਹਨਾਂ ਦੇ ਜ਼ਹਿਰ ਦੇ ਉੱਪਰ ਰਿਸਰਚ ਚੱਲ ਰਹੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਇਹਨਾਂ ਦੇ ਜ਼ਹਿਰ ਤੋਂ ਕਾਫੀ ਕੰਮ ਦੀਆਂ ਦਵਾਈਆਂ ਬਣਾਈਆਂ ਜਾਣਗੀਆਂ। ਨੰਬਰ 4 ਦੇ ਉੱਪਰ ਹੈ ਜੀ ਜੈਗੁਆਰ। ਖਾਣ ਪੀਣ ਦੇ ਵਿੱਚ ਪਰਹੇਜ਼ ਕਰਨ ਵਾਲਾ ਜੈਗੁਆਰ ਐਮਾਜ਼ੋਨ ਦਾ ਚੌਥਾ ਸਭ ਤੋਂ ਖਤਰਨਾਕ ਜੀਵ ਹੈ। ਇਹ ਜੀਵ ਹਿਰਨ ਤੋਂ ਲੈ ਕੇ ਚੂਹਿਆਂ ਤੱਕ ਨੂੰ ਵੀ ਨਹੀਂ ਛੱਡਦਾ। ਇਨਸਾਨ ਦਾ ਨਾਮ ਇਸ ਦੀ ਸ਼ਿਕਾਰ ਕਰਨ ਵਾਲੀ ਲਿਸਟ ਦੇ ਵਿੱਚ ਸ਼ਾਮਲ ਨਹੀਂ ਹੈ ਪਰ ਅਸੀਂ ਇਹ ਯਕੀਨ ਦੇ ਨਾਲ ਕਹਿ ਸਕਦੇ ਹਾਂ ਕਿ ਜੇਕਰ ਇਸ ਦੇ ਰਸਤੇ ਵਿੱਚ ਇਨਸਾਨ ਵੀ ਆਵੇਗਾ ਤਾਂ ਇਹ ਉਸ ਨੂੰ ਵੀ ਨਹੀਂ ਬਖਸ਼ੇਗਾ। ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਰਹਿਣ ਦੇ ਕਾਰਨ ਇਹ ਜੈਗੁਆਰ ਤੈਰਨਾ ਵੀ ਜਾਣਦਾ ਹੈ ਜਿਸ ਦੇ ਕਾਰਨ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਵੀ ਨਹੀਂ ਬਖਸ਼ਦਾ। ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਜੈਗੁਆਰ ਸਿਰਫ ਐਮਾਜ਼ੋਨ ਦੇ ਪੱਛਮੀ ਹਿੱਸੇ ਦੇ ਵਿੱਚ ਹੀ ਮਿਲਦੇ ਨੇ। ਇਹ ਆਪਣੇ ਸੁਭਾਅ ਤੋਂ ਕਾਫੀ ਜ਼ਿਆਦਾ ਭਿਆਨਕ ਅਤੇ ਨਿਰਦਈ ਕਿਸਮ ਦੇ ਜੀਵ ਹੁੰਦੇ ਨੇ ਜਿਹੜੇ ਕਿ ਆਪਣੇ ਖਾਣੇ ਦੇ ਵਿੱਚ ਸਿਰਫ ਮਾਸ ਖਾਂਦੇ ਨੇ। ਚੀਤੇ ਦੀ ਤਰ੍ਹਾਂ ਇਹਨਾਂ ਨੂੰ ਵੀ ਵੱਡੀਆਂ ਬਿੱਲੀਆਂ ਦੀ ਲਿਸਟ ਦੇ ਵਿੱਚ ਹੀ ਗਿਣਿਆ ਜਾਂਦਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਜੈਗੁਆਰ ਇੱਕ ਬਹੁਤ ਸੋਹਣਾ ਜੀਵ ਹੈ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜੰਗਲ ਖਤਮ ਹੋਣ ਦੇ ਕਾਰਨ ਜੈਗੁਆਰ ਵੀ ਖਤਮ ਹੋ ਰਹੇ ਨੇ। ਇਹਨਾਂ ਦੀ ਰਫ਼ਤਾਰ, ਇਹਨਾਂ ਦੀ ਸ਼ਿਕਾਰ ਕਰਨ ਦੀ ਆਦਤ, ਇਹਨਾਂ ਦੇ ਖਾਣੇ ਦੇ ਨਖਰੇ ਦੇ ਕਾਰਨ ਇਹ ਐਮਾਜ਼ੋਨ ਦੇ ਜੰਗਲ ਤੇ ਚੌਥੇ ਸਭ ਤੋਂ ਖਤਰਨਾਕ ਜੀਵ ਨੇ। ਨੰਬਰ 3 ਦੇ ਉੱਪਰ ਹੈ ਜੀ ਬਲੈਕ ਕੈਮਨ। ਜੇਕਰ ਕੋਈ ਮਗਰਮੱਛਾਂ ਦੀ ਦੁਨੀਆ ਹੁੰਦੀ ਤਾਂ ਬਲੈਕ ਕੈਮਨ ਜ਼ਰੂਰ ਉਸ ਦਾ ਰਾਜਾ ਹੋਣਾ ਸੀ। ਇੱਕ ਸਮੇਂ ਤੇ ਇਹ ਜੀਵ ਐਮਾਜ਼ੋਨ ਦੇ ਜੰਗਲਾਂ ਦੇ ਵਿੱਚੋਂ ਖਤਮ ਹੋ ਰਿਹਾ ਸੀ ਪਰ ਇਸ ਦੇ ਲਈ ਬਣਾਏ ਗਏ ਕਾਨੂੰਨਾਂ ਦੇ ਕਾਰਨ ਇਹ ਬਚ ਗਿਆ ਤੇ ਅੱਜ ਤੱਕ ਬਚਿਆ ਹੋਇਆ ਹੈ। ਇਹ ਮਿੱਟੀ ਦੇ ਰੰਗ ਦਾ ਹੁੰਦਾ ਹੈ ਇਸ ਲਈ ਆਪਣੇ ਸ਼ਿਕਾਰ ਦਾ ਇੰਤਜ਼ਾਰ ਕਰਦਾ ਹੋਇਆ ਆਸਾਨੀ ਦੇ ਨਾਲ ਲੁਕ ਜਾਂਦਾ ਹੈ। ਇਹ ਅਜਿਹਾ ਇਸ ਲਈ ਕਰਦਾ ਹੈ ਤਾਂ ਕਿ ਇਸ ਨੂੰ ਪਹਿਚਾਣਿਆ ਨਾ ਜਾ ਸਕੇ। ਇਸ ਦਾ ਸ਼ਿਕਾਰ ਜ਼ਿਆਦਾਤਰ ਮੱਛੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪਰਾਨਾ ਮੱਛੀ ਵੀ ਸ਼ਾਮਲ ਹੈ ਪਰ ਇਹ ਹਿਰਨਾਂ ਤੇ ਦੂਜੇ ਜਾਨਵਰਾਂ ਨੂੰ ਵੀ ਨਹੀਂ ਬਖਸ਼ਦਾ। ਕਈ ਵਾਰ ਤਾਂ ਇਸ ਦੀਆਂ ਲੜਾਈਆਂ ਐਨਾਕੋਂਡਾ ਦੇ ਨਾਲ ਵੀ ਦੇਖੀਆਂ ਜਾ ਚੁੱਕੀਆਂ ਨੇ। ਕੁੱਲ ਮਿਲਾ ਕੇ ਇਸ ਦੀਆਂ ਸ਼ਿਕਾਰ ਕਰਨ ਦੀਆਂ ਖੂਬੀਆਂ ਇਸ ਨੂੰ ਐਮਾਜ਼ੋਨ ਦੇ ਜੰਗਲ ਦਾ ਤੀਜਾ ਸਭ ਤੋਂ ਖਤਰਨਾਕ ਜੀਵ ਬਣਾਉਂਦੀਆਂ ਨੇ। ਨੰਬਰ 9 ਦੇ ਉੱਪਰ ਹੈ ਜੀ ਐਨਾਕੋਂਡਾ। ਇਸ ਨੂੰ ਕੌਣ ਨਹੀਂ ਜਾਣਦਾ, ਇਸ ਦੇ ਉੱਪਰ ਕਈ ਫਿਲਮਾਂ ਤੇ ਵੈਬ ਸੀਰੀਜ਼ ਬਣ ਚੁੱਕੀਆਂ ਨੇ। ਇਹ ਐਮਾਜ਼ੋਨ ਦੇ ਜੰਗਲਾਂ ਦਾ ਸਭ ਤੋਂ ਖਤਰਨਾਕ ਜਾਨਵਰ ਹੈ, ਇਸ ਦੇ ਉੱਪਰ ਕੋਈ ਸਵਾਲ ਨਹੀਂ ਕਰ ਸਕਦਾ। ਜਦਕਿ ਇਹ ਐਮਾਜ਼ੋਨ ਦੇ ਜੰਗਲ ਦਾ ਦੂਜਾ ਸਭ ਤੋਂ ਖਤਰਨਾਕ ਜੀਵ ਹੈ ਤੇ ਪਹਿਲੇ ਜੀਵ ਬਾਰੇ ਜਾਣਨ ਦੇ ਲਈ ਤੁਹਾਨੂੰ ਵੀਡੀਓ ਪੂਰੀ ਦੇਖਣੀ ਪਵੇਗੀ। ਜੇਕਰ ਤੁਹਾਨੂੰ ਸੱਪਾਂ ਦੇ ਨਾਲ ਨਫ਼ਰਤ ਹੈ ਤਾਂ ਐਮਾਜ਼ੋਨ ਦਾ ਜੰਗਲ ਤੁਹਾਡੇ ਲਈ ਨਹੀਂ ਹੈ। ਐਨਾਕੋਂਡਾ ਦੁਨੀਆ ਦੇ ਸਭ ਤੋਂ ਲੰਬੇ ਸੱਪਾਂ ਦੇ ਵਿੱਚੋਂ ਇੱਕ ਹੈ ਤੇ ਇਸ ਦੀ ਲੰਬਾਈ 21 ਮੀਟਰ ਤੱਕ ਹੁੰਦੀ ਹੈ। ਤੁਹਾਡੇ ਲਈ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਇਹ ਜ਼ਹਿਰੀਲਾ ਨਹੀਂ ਹੁੰਦਾ ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਇਹ ਦੂਜੇ ਤਰੀਕੇ ਦੇ ਨਾਲ ਵੀ ਇਨਸਾਨ ਨੂੰ ਮਾਰ ਦਿੰਦਾ ਹੈ। ਇਹ ਬਿਨਾਂ ਚਬਾਈ ਆਪਣੇ ਸ਼ਿਕਾਰ ਨੂੰ ਨਿਗਲ ਜਾਂਦਾ ਹੈ। ਉਸ ਤੋਂ ਬਾਅਦ ਇਹ ਆਪਣੇ ਸ਼ਿਕਾਰ ਨੂੰ ਪਚਾ ਲੈਂਦਾ ਹੈ ਤੇ ਆਪਣੇ ਸ਼ਿਕਾਰ ਨੂੰ ਇਹ ਪਚਾਉਣ ਦੇ ਲਈ ਤਕਰੀਬਨ 1 ਹਫ਼ਤੇ ਦਾ ਟਾਈਮ ਲੈਂਦਾ ਹੈ। ਜੇਕਰ ਇਹ ਭੁੱਖਾ ਹੋਵੇ ਤਾਂ ਇਸ ਦੇ ਸਾਹਮਣੇ ਕੋਈ ਵੀ ਸੁਰੱਖਿਅਤ ਨਹੀਂ ਹੁੰਦਾ ਚਾਹੇ ਉਹ ਇਨਸਾਨ ਹੀ ਕਿਉਂ ਨਾ ਹੋਵੇ। ਨੰਬਰ 1 ਦੇ ਉੱਪਰ ਆ ਚੁੱਕੀ ਹੈ ਜੀ ਪਰਾਨਾ ਮੱਛੀ। ਸਮੁੰਦਰ ਦੇ ਸਭ ਤੋਂ ਵੱਡੇ ਰਾਕਸ਼ਸ਼ਾਂ ਵਿੱਚੋਂ ਇਹ ਇੱਕ ਹੈ। ਪਰਾਨਾ ਮੱਛੀ ਨੂੰ ਐਮਾਜ਼ੋਨ ਦੇ ਵਿੱਚ ਇਨਸਾਨੀ ਲੋਕਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਲ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਜੇਕਰ ਮੈਂ ਕਹਾਂ ਕਿ ਪਰਾਨਾ ਮੱਛੀ ਬਾਰੇ ਸਭ ਅਫਵਾਹ ਹੈ ਤਾਂ ਤੁਸੀਂ ਕੀ ਕਹੋਗੇ? ਪਰਾਨਾ ਮੱਛੀ ਜੋ ਇੰਨੀ ਜ਼ਿਆਦਾ ਖਤਰਨਾਕ ਦੱਸੀ ਜਾਂਦੀ ਹੈ ਇਹ ਉਨੀ ਜ਼ਿਆਦਾ ਖਤਰਨਾਕ ਨਹੀਂ ਹੈ। ਐਮਾਜ਼ੋਨ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਉਹ ਪਾਣੀ ਨੂੰ ਤੈਰ ਕੇ ਪਾਰ ਕਰ ਲੈਂਦੇ ਨੇ ਜਿਸ ਦੇ ਵਿੱਚ ਪਰਾਨਾ ਮੱਛੀ ਹੁੰਦੀ ਹੈ। ਪਰਾਨਾ ਮੱਛੀ ਅਕਸਰ ਮਰੇ ਹੋਏ ਜਾਨਵਰਾਂ ਨੂੰ ਖਾ ਕੇ ਹੀ ਗੁਜ਼ਾਰਾ ਕਰਦੀ ਹੈ। ਇਹ ਵੱਡੇ ਜੀਵ ਤੇ ਇਨਸਾਨਾਂ ਦੇ ਉੱਪਰ ਹਮਲਾ ਨਹੀਂ ਕਰਦੀ ਪਰ ਜਦੋਂ ਇਹ ਬਹੁਤ ਜ਼ਿਆਦਾ ਭੁੱਖੀਆਂ ਹੁੰਦੀਆਂ ਨੇ ਤਾਂ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੀਆਂ ਨੇ ਚਾਹੇ ਫਿਰ ਉਹ ਕੋਈ ਇਨਸਾਨ ਹੋਵੇ ਜਾਂ ਬਹੁਤ ਵੱਡਾ ਜੀਵ। ਪਰਾਨਾ ਮੱਛੀ ਹਮੇਸ਼ਾ ਅੱਗੇ ਤੋਂ ਹਮਲਾ ਨਹੀਂ ਕਰਦੀ ਪਰ ਜਦੋਂ ਇਸ ਨੂੰ ਪਾਣੀ ਦੇ ਵਿੱਚੋਂ ਖੂਨ ਦੀ ਸਮੈਲ ਆ ਜਾਂਦੀ ਹੈ ਉਸ ਟਾਈਮ ਇਹ ਆਪਣੇ ਲੰਬੇ ਅਤੇ ਤਿੱਖੇ ਦੰਦਾਂ ਦੇ ਨਾਲ ਕਿਸੇ ਵੀ ਇਨਸਾਨ ਦੀ ਚਟਣੀ ਬਣਾ ਸਕਦੀ ਹੈ। ਇਸ ਲਈ ਕਦੇ ਵੀ ਖੁੱਲਾ ਜ਼ਖਮ ਲੈ ਕੇ ਉਸ ਪਾਣੀ ਦੇ ਵਿੱਚ ਨਾ ਜਾਓ ਜਿਸ ਦੇ ਵਿੱਚ ਪਰਾਨਾ ਮੱਛੀ ਰਹਿੰਦੀ ਹੈ, ਨਹੀਂ ਤਾਂ ਤੁਹਾਨੂੰ ਉਸ ਦੇ ਕਹਿਰ ਤੋਂ ਕੋਈ ਨਹੀਂ ਬਚਾ ਸਕਦਾ। ਕੁੱਲ ਮਿਲਾ ਕੇ ਪਰਾਨਾ ਮੱਛੀ ਐਮਾਜ਼ੋਨ ਦੇ ਜੰਗਲ ਦੀ ਸਭ ਤੋਂ ਖਤਰਨਾਕ ਜੀਵ ਹੈ। ਇਹ ਸਨ ਜੀ ਐਮਾਜ਼ੋਨ ਦੇ ਜੰਗਲ ਦੇ 10 ਸਭ ਤੋਂ ਖਤਰਨਾਕ ਜੀਵ। ਤੁਹਾਨੂੰ ਸਾਡੀ ਵੀਡੀਓ ਕਿੱਦੇ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋਟੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।